ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਵੈਡਿੰਗ ਸੀਜ਼ਨ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਤੇ ਇਸ ਵੈਡਿੰਗ ਸੀਜ਼ਨ ਕਈ ਸਾਰੇ ਭੰਗੜਾ ਸੌਂਗਸ ਵੀ ਰਿਲੀਜ਼ ਹੋ ਰਹੇ ਨੇ, ਪਰ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਲ ਦੇ ਸਭ ਤੋਂ ਵੱਡੇ ਭੰਗੜਾ ਸੌਂਗ ਦੀ। ਇਸ ਸੌਂਗ ਨੂੰ ਲੈ ਕੇ ਹਾਜ਼ਰ ਹੋਣ ਵਾਲੇ ਨੇ ਸਾਡੇ ਪੰਜਾਬੀ ਇੰਡਸਟਰੀ ਦੇ ਮਲਟੀ ਟੈਲੈਂਟਡ ਸੁਪਰ ਸਟਾਰ ਦਿਲਜੀਤ ਦੋਸਾਂਝ। ਅਤੇ ਇਸ ਤੋਂ ਵੀ ਜ਼ਿਆਦਾ ਮਜ਼ੇ ਦੀ ਗੱਲ ਇਹ ਹੈ ਕਿ ਇਸ ਟਰੈਕ ਦੇ ਵਿੱਚ ਦਿਲਜੀਤ ਦੇ ਨਾਲ ਮਿਊਜ਼ਿਕ ਵੀਡੀਓ ਦੇ ਵਿੱਚ ਫੀਚਰ ਕਰਨਗੇ ਪੰਜਾਬੀ ਇੰਡਸਟਰੀ ਦੀ ਬਾਕਸ ਆਫਿਸ ਕੁਈਨ ਸੋਨਮ ਬਾਜਵਾ। ਦਿਲਜੀਤ ਅਤੇ ਸੋਨਮ ਦੀਆਂ ਪਿਕਚਰਸ 2 ਤੋਂ 3 ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਤਾਂ ਹੋ ਹੀ ਰਹੀਆਂ ਨੇ, ਲੇਕਿਨ ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣਾ ਭੰਗੜਾ ਟਰੈਕ ਦਾ ਨਾਮ ਵੀ ਦਰਸ਼ਕਾਂ ਦੇ ਲਈ ਰਿਵੀਲ ਕਰ ਦਿੱਤਾ ਹੈ। ਗਾਣੇ ਦਾ ਨਾਮ ਹੈ ਚੱਕ ਦੇ ਫਲੋਰ 'ਤੇ। ਇਹ ਇੱਕ ਫੁੱਲੀ ਫੈਮਿਲੀ ਓਰੀਐਂਟਿਡ ਭੰਗੜਾ ਟਰੈਕ ਹੋਣ ਵਾਲਾ ਹੈ। ਇਸ ਗੀਤ ਦੇ ਵਿੱਚ ਦਿਲਜੀਤ ਅਤੇ ਸੋਨਮ ਦੇ ਓਲਡ ਏਜ ਵਾਲੇ ਲੁੱਕ ਅਤੇ ਮਾਡਰਨ ਸਟਾਈਲਿਸ਼ ਲੁੱਕ ਦੋਨੋਂ ਨਜ਼ਰ ਆਉਣਗੇ ਅਤੇ ਇਹ ਕੁਝ ਫੋਟੋਜ਼ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ। ਗਾਣੇ ਦੀ ਵੀਡੀਓ ਡਾਇਰੈਕਟ ਕਰ ਰਹੇ ਨੇ ਮਸ਼ਹੂਰ ਮਿਊਜ਼ਿਕ ਵੀਡੀਓ ਡਾਇਰੈਕਟਰ ਅਰਵਿੰਦਰ ਖੈਰਾ, ਜਿਨ੍ਹਾਂ ਦਾ ਟਰੈਕ ਰੈਕਰਡ ਬਹੁਤ ਹੀ ਕਮਾਲ ਦਾ ਹੈ। ਇਸ ਗਾਣੇ ਦੇ ਵਿੱਚ ਦਿਲਜੀਤ ਅਤੇ ਸੋਨਮ ਅਤੇ ਹੋਰ ਕਿਹੜੇ ਕਿਹੜੇ ਟ੍ਰੈਂਡੀ ਲੁੱਕ ਦੇਖਣ ਨੂੰ ਮਿਲਣਗੇ ਇਹ ਤਾਂ ਗਾਣੇ ਦੇ ਰਿਲੀਜ਼ ਹੋਣ 'ਤੇ ਹੀ ਪਤਾ ਲੱਗੇਗਾ। ਲੇਕਿਨ ਇਹ ਗਾਣਾ ਲਿਖਿਆ ਹੈ ਸੁੱਖ ਸੰਧੂ ਨੇ ਅਤੇ ਗਾਣੇ ਦਾ ਮਿਊਜ਼ਿਕ ਡਾਇਰੈਕਟ ਕੀਤਾ ਹੈ ਜਤਿੰਦਰ ਸ਼ਾਹ ਨੇ। ਇਸ ਤੋਂ ਪਹਿਲਾਂ ਇਸੇ ਸਾਲ ਹੀ ਸੋਨਮ ਅਤੇ ਦਿਲਜੀਤ ਛੜਾ ਫਿਲਮ ਦੇ ਗੀਤ ਟੌਮੀ ਦੀਆਂ ਜੀਨਾਂ ਦੇ ਵਿੱਚ ਇਕੱਠੇ ਨਜ਼ਰ ਆ ਚੁੱਕੇ ਨੇ। ਗਾਣਾ ਜਲਦੀ ਹੀ ਫੇਮਸ ਸਟੂਡੀਓਜ਼ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਜਾਏਗਾ। ਫਿਲਹਾਲ ਗਾਣੇ ਦਾ ਕੋਈ ਆਫਿਸ਼ੀਅਲ ਪੋਸਟਰ ਜਾਂ ਫਸਟ ਲੁੱਕ ਅਜੇ ਤੱਕ ਰਿਵੀਲ ਨਹੀਂ ਕੀਤੀ ਗਈ ਹੈ, ਪਰ ਜਿੰਨਾ ਕੁ ਅਸੀਂ ਦਿਲਜੀਤ ਨੂੰ ਜਾਣਦੇ ਹਾਂ ਸਾਨੂੰ ਇਹ ਪਤਾ ਹੈ ਕਿ ਇਹ ਗਾਣਾ ਬਹੁਤ ਹੀ ਜਲਦ ਉਹ ਆਪਣੇ ਫੈਨਸ ਦੇ ਨਾਲ ਸਾਂਝਾ ਕਰਨਗੇ। ਜੇ ਤੁਸੀਂ ਵੀ ਇਹ ਗਾਣਾ ਸੁਣਨ ਲਈ ਐਕਸਾਈਟਿਡ ਹੋ ਤਾਂ ਸਾਨੂੰ ਸਾਡੀ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਗਾਣੇ ਦੀਆਂ ਹੋਰ ਅਪਡੇਟਸ ਲਈ ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਖਬਰਾਂ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com। ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।